ਹੋ ਗਏ ਸਤਿ ਸ਼੍ਰੀ ਅਕਾਲ ਜੀ ਸਾਰੇ ਜਣਿਆਂ ਨੂੰ ਅਸੀਂ ਹੋ ਗਏ ਲਾਈਵ ਮੈਂ ਆ ਦੇ ਨਾਲ ਆ ਮੇਰੇ ਗੋਲਡੀ ਵੀਰਾ ਤੇ ਕੀ ਹਾਲ ਹੈ ਸਾਰੇ ਸੱਜਣਾ ਮਿੱਤਰਾਂ ਦਾ ਗਾਇਸ ਸਭ ਤੋਂ ਪਹਿਲਾਂ ਤਾਂ ਸ਼ਿਕਵਾ ਗਾਣਾ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸੋਹਣੇ ਕਮੈਂਟਸ ਤੁਹਾਡੇ ਆ ਰਹੇ ਨੇ ਜੀ ਯੂਟਿਊਬ 'ਤੇ ਮੈਂ ਹੁਣੇ ਕਮੈਂਟਸ ਪੜ੍ਹ ਕੇ ਹਟਿਆ ਅਤੇ ਬਾਕੀ ਪੋਸਟਾਂ 'ਤੇ ਵੀ ਪਲੀਜ਼ ਐਵੇਂ ਸ਼ੇਅਰ ਕਰਦੇ ਰਹੋ ਗਾਣੇ ਨੂੰ ਅਤੇ ਗੋਲਡੀ ਵੀਰਾ ਮੈਂ ਆਇਆ ਹੋਇਆ ਜੀ ਇੱਥੇ ਲੰਡਨ ਗੋਲਡੀ ਵੀਰੋ ਨਾਲ ਕੋਲ ਬਾਈ ਥੱਲੇ ਅਤੇ ਰਾਤ ਮੈਨੂੰ ਲੱਗਦਾ ਅਸੀਂ ਲਾਈਵ ਬੜੇ ਕਸੂਤੇ ਜਿਹੇ ਟਾਈਮ ਹੋਇਆ ਇੰਡੀਆ ਕੀ ਟਾਈਮ ਹੋ ਗਿਆ ਹੋਗਾ ਇਸ ਵੇਲੇ ਇੰਡੀਆ 4-5 ਘੰਟੇ ਅੱਗੇ ਇੰਡੀਆ 4-5 ਘੰਟੇ ਅੱਗੇ ਹੋਵਾਂਗੇ ਅਸੀਂ ਤੁਹਾਨੂੰ ਦਿਖਾਈਏ ਆ ਜੀ ਲੰਡਨ ਆਏ ਲੰਡਨ ਆਏ ਚੇਅਰਸ ਟੂ ਲੰਡਨ ਆਏ ਅਤੇ ਅਸੀਂ ਸੀਗੇ ਤਾਂ ਸੀ ਉਦੋਂ ਆਪਣੇ ਮੈਂ ਕਿਹਾ ਲੰਡਨ ਆਏ ਚੱਲੀਏ ਅਸੀਂ ਟੈਕਸੀ ਲੈ ਕੇ ਇੱਥੇ ਪਹੁੰਚ ਗਏ ਇੱਥੇ ਲੰਡਨ ਆਏ ਤੋਂ ਬਿਨਾਂ ਹੈ ਹੀ ਕੁਛ ਨਹੀਂ ਹੁਣ ਵਾਪਸ ਲੈ ਕੇ ਟੈਕਸੀ ਸਾਨੂੰ ਫਿਰ ਵਾਪਸ ਜਾਣਾ ਪੈਣਾ ਸਿਟੀ 'ਚ ਅਤੇ ਪਰ ਐਂ ਸੋਹਣਾ ਲੱਗਦਾ ਨਾ ਐਂ ਕਰਕੇ ਅਤੇ ਬਾਕੀ ਜਿੰਨੇ ਵੀ ਸੱਜਣ ਮਿੱਤਰ ਨੇ ਸ਼ੈਰੀ ਮਾਨਵੀਰ ਦਾ ਗਾਣਾ ਆਜੂਗਾ ਜੀ ਕੱਲ੍ਹ ਨੂੰ ਸ਼ਾਇਦ ਕੱਲ੍ਹ 17 ਤਰੀਕ ਹੈ ਵੀਰੇ ਕੱਲ੍ਹ ਨੂੰ ਗਾਣਾ ਆਜੂਗਾ ਜੀ ਹੋ ਲਾ ਕੇ 3 ਪੈਗ ਬੱਲੀਏ ਹੋ ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ ਕੇ ਅਤੇ ਅਗਲਾ ਗਾਣਾ ਜੀ 7-8 ਗਾਣੇ ਅਸੀਂ ਰੈਡੀ ਕਰਤੇ ਜੋਰਡਨ ਸੰਧੂ ਵੀਰੇ ਦਾ ਗਾਣਾ ਸ਼ੂਟ ਹੋ ਗਿਆ ਰੇਸ਼ਮ ਵੀਰੇ ਦਾ ਹੋ ਗਿਆ ਕਾਫੀ ਗਾਣੇ ਹੋ ਗਏ ਉਹਦਾ ਤੁਸੀਂ ਆਈ ਜਾਣਗੇ ਛੇਤੀ ਪਰ ਸ਼ਿਕਵਾ ਗਾਣਾ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਉਹ ਬਾਈ ਇਹ 'ਚ ਉਹ ਅੱਛਾ ਮੈਂ ਤਾਂ ਹੁਣ ਪਤਾ ਲੱਗਿਆ ਉਹ ਬਹੁਤ ਵੱਡੀ ਸਾਰੀ ਚੰਡੋਲ ਹੈ ਇਹ ਅੱਛਾ ਜੀ ਝੂਟੇ ਮਿਲਦੇ ਨੇ ਬਾਈ ਇਹ 'ਚ ਫਿਰ ਝੂਟਾ ਲਈਏ ਆਪਾਂ ਤੈਨੂੰ ਮਿਲ ਲੈ ਬਾਈ ਹੁਣ ਤਾਂ ਝੂਟਾ ਲਵਾਂਗੇ ਇਹ 'ਚ ਅਤੇ ਯਾਰੋ ਐਵੇਂ ਵੀਰੇ ਸਾਰੇ ਜਾਣੇ ਆਪਣਾ ਸ਼ਿਕਵਾ ਗਾਣੇ ਨੂੰ ਪਲੀਜ਼ ਸ਼ੇਅਰ ਕਰਦੇ ਰਹੋ ਅਤੇ ਯੂਟਿਊਬ 'ਤੇ ਬੜੇ ਸੋਹਣੇ ਕਮੈਂਟ ਸਾਰੇ ਨੇ ਸੋਨੂੰ ਵੀ ਸ਼ੇਅਰ ਕਰ ਦਿਓ ਜੀ ਗਾਣੇ ਨੂੰ ਅਤੇ ਗੋਲਡੀ ਵੀਰੇ ਹਾਂਜੀ ਗਾਣਾ ਸੁਣਾਓ ਯਾਰ ਕਿਹੜਾ ਖੇੜਾ ਡਿਮਾਂਡ ਜੇਠਾ ਪੁੱਤ ਸੁਣਾਓ ਵੀਰੇ ਜੇਠਾ ਪੁੱਤ ਨਾ ਮੈਂ ਹਿੰਦੀ ਵੱਲ ਨੂੰ ਚੱਲਾ ਸੀ ਹੁਣ ਇੰਗਲੈਂਡ ਫਿਰਦੇ ਆ ਇੰਗਲੈਂਡ ਫਿਰਦਾ ਬਾਈ ਇੱਥੇ ਹਿੰਦੀ ਗਾਣਾ ਸੁਣਾਊਗਾ ਅੱਜ ਤੁਹਾਨੂੰ ਸਰ ਗੋਲਡੀ ਵੀਰਾ ਹਿੰਦੀ ਗਾਣਾ ਇੱਧਰ ਆ ਕੇ ਯਾਰ ਚਲੋ ਮੈਂ ਅਬ ਤੁਹਾਰੇ ਖਿਆਲੋਂ ਮੇਂ ਹੂੰ ਮੈਂ ਸਵਾਲੋਂ ਮੇਂ ਯਾਰ ਮੈਂ ਸੀਰੀਅਸ ਹੋ ਗਿਆ ਸੀ ਮੈਂ ਸਵਾਲੋਂ ਮੇਂ ਹੂੰ ਮੈਂ ਜਵਾਬੋਂ ਮੇਂ ਹੂੰ ਓਕੇ ਅਰੇ ਪੌਂਡ ਨਾ ਕੋਈ ਦੇ ਜੇ ਇੱਥੇ ਬਹੁਤ ਟ੍ਰੈਂਡ ਚੱਲਦਾ ਹੈ ਯਾਰ ਇੱਥੇ ਉਹ ਕਹਿੰਦਾ ਬਾਈ ਕਹਿੰਦਾ ਪੌਂਡ ਨਾ ਦੇ ਜੇ ਕੋਈ ਓਏ ਸੁਣਾ ਦੋ ਯਾਰ ਤੈਨੂੰ ਦਿਲ ਦਾ ਹਾਲ ਸੁਣਾਉਣਾ ਤੇਰੀ ਕਮਲੀ ਨੇ ਅੜਿਆ ਵੇ ਤੇਰੇ ਅੜਬ ਪੁਣੇ ਤੋਂ ਡਰਦੀ ਹਾਂ ਆ ਗਾਣਾ ਆ ਰਿਹਾ ਇਹ ਬਾਰੇ ਇਹਦੇ ਬਾਰੇ ਗੱਲ ਨਹੀਂ ਕਰੀ ਤੁਸੀਂ ਹੈ ਕਾਫੀ ਮੈਂ ਉਹ ਤੇ ਵੀ ਆ ਰਿਹਾ ਸੀ ਹੌਲੀ ਹੌਲੀ ਆਪਣਾ ਗਗਨਾ ਆਨਲਾਈਨ ਹੋ ਗਿਆ ਉਹ ਕਿੱਦਾਂ ਗਗਨ ਘਰੇ ਬੈਠਾ ਹੁਣ ਮਿਸ ਯੂ ਗਗਨ ਤੇ ਆਪਣਾ ਕੀ ਕਹਿੰਦੇ ਨੇ ਉਹ ਬਾਈ ਝੂਟਾ ਉੱਥੇ ਦੇਖੋ ਕਿੱਡਾ ਘੈਂਟ ਉਹ ਤੁਹਾਨੂੰ ਸਾਰਿਆਂ ਝੂਟਾ ਦਿਖਾਈ ਉਹ ਦੇਖੋ ਉਹ ਨਾਲ ਬੰਨ ਕੇ ਜੇ ਬੰਦਿਆਂ ਨੂੰ ਆਇਆ ਜੀ ਉੱਤੇ ਜਾਂਦਾ ਦੇਖੋ ਉਹ ਦੇਖੋ ਹੌਲੀ ਉੱਤੇ ਜਾ ਰਹੇ ਦੋਰੇ ਬੈਠੇ ਨੇ ਉਹ ਨਹੀਂ ਕੋਈ ਨਾ ਭੱਜ ਲਾਂਗੇ ਆਪਣਾ ਵਿਚਾਰੇ ਨਿੱਕੇ ਨਿੱਕੇ ਹਾਈ ਸਕੂਲ ਕਿਡਸ ਤੇਰੀ ਆਪਣਾ ਤੇਰੀ ਕਮਲੀ ਦਾ ਗਾਣਾ ਹੋ ਦਾ ਵੀਡੀਓ ਹੋ ਗਿਆ ਜੀ ਸ਼ੂਟ ਵੀਰੇ ਨੇ ਤਾਂ ਦੇਖ ਲਿਆ ਅਤੇ ਬੜਾ ਸੋਹਣਾ ਗਾਣੇ ਦੀ ਵਧੀਆ ਵਧੀਆ ਵੀਡੀਓ ਬਣੀ ਆ ਅਤੇ ਯਾਰ ਇਹ ਨਾ ਮੈਂ ਲਾਈਵ ਤਾਂ ਹੋ ਗਿਆ ਸਾਰਿਆਂ ਨੂੰ ਤੁਹਾਨੂੰ ਦਿਖਾਉਣ ਲਈ ਮੇਰਾ ਮਕਸਦ ਕੋਈ ਖਾਸ ਤੁਹਾਡੇ ਨਾਲ ਗਾਣਾ ਗੁਣਾ ਸ਼ੇਅਰ ਵਾਲੀ ਕੋਈ ਉਹ ਨਹੀਂ ਹੈਗਾ ਇਹ ਤਾਂ ਮੈਂ ਵੈਸੇ ਹੀ ਤੁਹਾਨੂੰ ਸਾਰਿਆਂ ਨੂੰ ਮੈਂ ਜਿੱਥੇ ਘੁੰਮ ਰਿਹਾ ਸੀ ਮੈਂ ਸੋਚਿਆ ਮੇਰੇ ਸੱਜਣ ਮੇਰੇ ਯਾਰ ਮੇਰੇ 3-4 ਲੱਖ ਬੰਦਾ ਜਿੰਨਾ ਮੇਰੇ ਨਾਲ ਜੁੜਿਆ ਹੈ ਨਾ ਤੁਸੀਂ ਮੇਰੇ ਨਾਲ ਹੀ ਹੋ ਅਤੇ ਇਸ ਕਰਕੇ ਮੈਂ ਐਵੇਂ ਲਾਈਵ ਹੋ ਗਿਆ ਤੁਹਾਨੂੰ ਸਾਰਿਆਂ ਮੈਂ ਕਿਹਾ ਇੰਗਲੈਂਡ ਦਿਖਾ ਦੇ ਕੀ ਬਾਤ ਆ ਦੇ ਕੁੜੀ ਉੱਥੇ ਗਾਣਾ ਗਾ ਰਹੀ ਹੈ ਤੈਨੂੰ ਗਾਣਾ ਸੁਣਾਈਏ ਅਤੇ ਬਾਕੀ ਤੇਰੀ ਕਮਲੀ ਦਾ ਗਾਣਾ ਰਿਹਾ ਵੀਡੀਓ ਆ ਰਹੀ ਹੈ ਜੀ ਬਹੁਤ ਛੇਤੀ ਗੋਲਡੀ ਵੀਰਾ ਐਵੇਂ ਹਟਦਾ ਨਹੀਂ ਹੈਗਾ ਚੰਗਾ ਜੀ ਸਾਰੇ ਮੇਰੇ ਸੱਜਣ ਮਿੱਤਰ ਕੈਨ ਯੂ ਸ਼ੇਅਰ ਮਾਈ ਡੈਬਿਊ ਟਰੈਕ ਵਿੱਚ ਵਿਲ ਬੀ ਕਮਿੰਗ ਇਸ਼ਾਨ ਸਿੱਠੀ ਬਾਈ ਦਾ ਮੈਸੇਜ ਆ ਕਰ ਦੂੰਗਾ ਵੀਰੇ ਸ਼ੇਅਰ ਕੋਈ ਚੱਕਰ ਵਾਲੀ ਗੱਲ ਨਹੀਂ ਬਾਈ ਤੂੰ ਗਾਣਾ ਕੱਢ ਕਰਾਂਗੇ ਸ਼ੇਅਰ ਬਾਈ ਆ ਮੁੰਡੇ ਦਾ ਨਾ ਥੱਲੇ ਕਮੈਂਟ ਆਇਆ ਕਹਿੰਦਾ ਮੇਰਾ ਨਾ ਡੈਬਿਊ ਟਰੈਕ ਆ ਰਿਹਾ ਪਲੀਜ਼ ਸ਼ੇਅਰ ਮਾਈ ਡੈਬਿਊ ਟਰੈਕ ਕਮਿੰਗ ਇਨ ਫਰਵਰੀ ਆ ਸ਼ੇਅਰ ਕਰਨਾ ਆਪਾਂ
ਬਾਈ ਦੇਸੀ ਗੁਰੂ ਤੇ ਮੈਂ ਤਾਂ ਕਰ ਦਾਂਗੇ ਸ਼ੇਰ, ਕੋਈ ਚੱਕਰ ਵਾਲੀ ਗੱਲ ਨਹੀਂ, ਤੂੰ ਗਾਣਾ ਕੱਢ ਭਰਾਵਾ ਤੇ ਸ਼ਿਰਾ ਬਾਈ ਪਰਮੇਸ਼ ਵੀਰੇ ਅੱਤ 3 ਪੈਗ ਬਹੁਤ ਛੇਤੀ, ਥੈਂਕ ਯੂ ਵੀਰੇ, ਲਵ ਯੂ ਲਵ ਯੂ ਲਵ ਯੂ, ਬੈਸਟ ਡਾਇਰੈਕਟਰ ਇਨ ਦਾ ਵਰਲਡ ਆਕਾਸ਼ ਮਾਨ ਕਹਿੰਦਾ, ਜਿਉਂਦਾ ਰਹਿ ਮਾਨਾ, ਤੇ ਬਾਕੀ ਜਿੰਨੇ ਸੱਜਣ ਮਿੱਤਰ ਨੇ ਐਵੇਂ ਪਿਆਰ ਦਿੰਦੇ ਰਹੋ ਵੀਰੇ, ਤੇ ਆਪਣਾ ਮੈਂ ਲਵ ਯੂ ਕਹਿਣ ਲੱਗਾ ਜਦੋਂ ਗੋਰੀ ਆ ਗਈ, ਮੈਂ ਚੁੱਪ ਕਰਕੇ ਹੁਣ ਮੈਂ ਸਾਈਡ ਤੇ ਆ ਕੇ ਲਵ ਯੂ ਕਹਿ ਦਊਂਗਾ। ਚੱਲ ਚੰਗਾ ਯਾਰ, ਮਿਲਦੇ ਆ ਫਿਰ, ਜਿਉਂਦੇ ਵੱਸਦੇ ਰਹੋ, ਪਰਮਾਤਮਾ ਤੁਹਾਨੂੰ ਸਭ ਨੂੰ ਖੁਸ਼ ਕਰੇ। ਉਹ ਕਿੱਦਾਂ ਡੈਡੀ ਆ ਗਿਆ, ਤੂੰ ਵੀ ਆਨਲਾਈਨ, ਓਕੇ ਜੀ, ਲਵ ਯੂ। ਤੇ ਗਗਨ ਜੋਤ ਦੇ ਵਿਆਹ ਦਾ ਸੂਟ ਬਣ ਗਿਆ ਨਾ ਮੈਨੂੰ, ਜਿੱਦਣ ਟਰਾਈ ਕਰਦਾ ਫੋਟੋ ਭੇਜੀ, ਓਕੇ ਲਵ ਯੂ, ਜਿਉਂਦੇ ਰਹੋ। Yes, I do. Come, 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 they've got little rainbows on them. And, oh no, that's a CD.